ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਟਾਲਾ ਜੀ ਗੱਲ ਸਿਆਸਤ ਦੀ ਵੀ ਕਰਾਂਗੇ ਤੇ ਹੋਰ ਜੜੀਆਂ ਵੀ ਵੱਡੀਆਂ ਖਬਰਾਂ ਨੇ ਉਹਨਾਂ ਦੀ ਵੀ ਕਰਾਂਗੇ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਜੋ ਅਪਡੇਟ ਹੈ, ਸਿਆਸੀ ਸਰਗਰਮੀਆਂ ਸਾਰੀਆਂ ਹੀ ਪੋਲੀਟੀਕਲ ਪਾਰਟੀ ਦੀਆਂ ਵਧੀਆਂ ਹੋਈਆਂ ਨੇ। ਕਿਸ ਤਰ੍ਹਾਂ ਦੇ ਚੋਣ ਪ੍ਰਚਾਰ ਵੱਖ-ਵੱਖ ਪਾਰਟੀਆਂ ਦੇ ਵਿਖੇ ਜਾ ਰਹੇ ਨੇ, ਉਸ ਦਾ ਵੀ ਅਪਡੇਟ ਸਾਂਝਾ ਕਰਿਓ ਤੇ ਨਾਲ ਹੋਰ ਕਿਹੜੀਆਂ ਖਬਰਾਂ ਖਾਸ ਰਹੀਆਂ ਜਿਨ੍ਹਾਂ ਦਾ ਅਨਾਲਿਸਿਸ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਜ਼ਰੀਏ ਦਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ। ਹਰਜੋਤ ਜੀ ਤਿੰਨ ਚਾਰ ਵੱਡੇ ਸਵਾਲ ਨੇ ਵੱਡੀਆਂ ਖਬਰਾਂ ਨੇ ਜਿਨ੍ਹਾਂ ਦਾ ਐਨਾਲਿਸਿਸ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਗੱਲ ਕਰਨੀ ਬਣਦੀ ਹੈ ਕਿ ਜਲੰਧਰ ਜ਼ਿਮਨੀ ਚੋਣ ਦੇ ਤਾਜ਼ਾ ਸਮਿਕਰਣ ਕੀ ਬਣ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਬੰਧਨ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਬਹੁਤ ਖੁਸ਼ ਨੇ ਕਿਉਂ ਖੁਸ਼ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਾਲੇ ਇਹ ਜ਼ਿਕਰ ਕਰੂੰਗਾ ਇਹਦੇ ਨਾਲ ਨਾਲ ਭਗਵੰਤ ਮਾਨ ਵਰਸਸ ਨਵਜੋਤ ਸਿੰਘ ਸਿੱਧੂ ਜਲੰਧਰ ਜ਼ਿਮਨੀ ਚੌਣ ਦੀ ਟੱਕਰ ਇਸ ਰੂਪ ਚ ਵੀ ਦੇਖੀ ਜਾ ਰਹੀ ਹੈ ਭਗਵੰਤ ਮਾਨ ਮੁੱਖ ਮੰਤਰੀ ਨੇ ਤੇ ਨਵਜੋਤ ਸਿੰਘ ਸਿੱਧੂ ਇੱਕ ਆਮ ਵਲੰਟੀਅਰ ਮੁੱਦਿਆਂ ਤੇ ਲੜਾਈ ਜਲੰਧਰ ਜ਼ਿਮਨੀ ਚੌਣ ਦੀ ਨਵਜੋਤ ਸਿੰਘ ਸਿੱਧੂ ਲਿਆ ਰਹੇ ਨੇ ਕੱਲ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਲੜਾਈ ਮੁੱਦਿਆਂ ਤੇ ਆਵੇ ਲੜਾਈ ਮੁੱਦਿਆਂ ਤੇ ਆ ਵੀ ਰਹੀ ਹੈ ਲੋਕ ਮੁੱਦਿਆਂ ਨੂੰ ਸਮਝ ਵੀ ਰਹੇ ਨੇ ਹੁਣ ਭਗਵੰਤ ਮਾਨ ਆਪਣੇ ਤਰੀਕੇ ਸਮਝਾ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਆਪਣੇ ਤਰੀਕੇ ਸਮਝਾ ਰਹੇ ਨੇ ਇਹਨਾਂ ਤੇ ਗੱਲ ਕਰੂੰਗਾ ਇਹਦੇ ਨਾਲ ਨਾਲ ਗੱਲ ਕਰਨੀ ਬਣਦੀ ਹੈ ਕਿ ਜਿਸ ਤਰ੍ਹਾਂ ਨਾਲ ਗੋਦੀ ਮੀਡੀਆ ਦਾ ਇੱਕ ਹਿੱਸਾ ਇੱਕ ਭਾਈਚਾਰੇ ਦੀ ਛਵੀ ਜਾਂ ਕੁਝ ਘਟਨਾਵਾਂ ਦੇ ਲਈ ਸਾਰੇ ਇੱਕ ਭਾਈਚਾਰੇ ਨੂੰ ਜ਼ਿੰਮੇਵਾਰ ਠਹਿਰਾਉਂਦਾ ਨਜ਼ਰ ਆਇਆ ਨਰੇਟਿਵ ਬਿਲਡ ਕਰਨ ਦੀ ਦਿਸ਼ਾ 'ਚ ਸਿੱਧਾ ਇਲਜ਼ਾਮ ਤਾਂ ਨਹੀਂ ਲਾਇਆ ਗੋਦੀ ਮੀਡੀਆ ਨੇ ਪਰ ਇੱਕ ਮਾਹੌਲ ਨਰੇਟਿਵ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਦੀ ਨਿੰਦਾ ਵੀ ਹੋਈ ਹੈ ਬਹੁਤ ਪਾਸੇ ਕਈ ਮਾਮਲਿਆਂ 'ਚ ਜਿਹਾ ਹੋਇਆ ਜਦੋਂ ਗਲਤ ਤਰੀਕੇ ਨਾਲ ਗੋਦੀ ਮੀਡੀਆ ਜਾਂ ਕੌਮੀ ਮੀਡੀਆ ਦਾ ਇੱਕ ਹਿੱਸਾ ਸਾਰੇ ਨਹੀਂ ਸਾਰੇ ਤਾਂ ਦੇਸ਼ ਭਗਤ ਆ ਭਾਈ ਜਿਵੇਂ ਉਹਨਾਂ ਨੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਇੱਕ ਵਾਰ ਫੇਰ ਸਾਡੇ ਸਿੱਖ ਫੌਜੀ ਨੌਜਵਾਨ ਚਾਰ ਸ਼ਹੀਦ ਹੋ ਕੇ ਮੋੜੇ ਨੇ ਸਿੱਖ ਫੌਜੀਆਂ ਦੇ ਨਾਲ ਫੌਜੀ ਫੌਜੀ ਹੁੰਦੇ ਨੇ ਪਰ ਸਿੱਖ ਕਹਿਣਾ ਇਸ ਕਰਕੇ ਜ਼ਰੂਰੀ ਹੈ ਕਿ ਗੋਦੀ ਮੀਡੀਆ ਦੇ ਉਸ ਹਿੱਸੇ ਨੂੰ ਵਾਰ-ਵਾਰੇ ਦੱਸਿਆ ਜਾਣਾ ਚਾਹੀਦਾ ਹੈ ਕਿ ਜਦੋਂ ਵੀ ਫੌਜ 'ਚ ਸ਼ਹਾਦਤਾਂ ਹੁੰਦੀਆਂ ਨੇ ਤੇ ਸਭ ਤੋਂ ਵੱਧ ਸ਼ਹਾਦਤਾਂ ਪੰਜਾਬੀਆਂ ਦੀਆਂ ਹੁੰਦੀਆਂ ਨੇ ਭਾਵੇਂ ਮੈਂ ਸਿੱਖ ਫੌਜੀ ਸ਼ਬਦ ਵਰਤਰਿਆਂ ਸੋ ਗੋਦੀ ਮੀਡੀਆ ਨੂੰ ਜ਼ਰੂਰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਕੁਝ ਘਟਨਾਵਾਂ ਦੇ ਲਈ ਸਾਰੇ ਭਾਈਚਾਰੇ ਨੂੰ ਉਸ ਚਸ਼ਮੇ ਨਾਲ ਐਨਕ ਨਾਲ ਨਹੀਂ ਦੇਖਣਾ ਚਾਹੀਦਾ ਸੋ ਇਹ ਵੀ ਜ਼ਿਕਰ ਕਰਾਂਗੇ ਜਿਹੜੀਆਂ ਮਹਾਨ ਕੁਰਬਾਨੀਆਂ ਪੰਜਾਬ ਦੇ ਚਾਰ ਹੋਰ ਸਿੱਖ ਫੌਜੀ ਨੌਜਵਾਨਾਂ ਨੇ ਦਿੱਤੀਆਂ ਨੇ ਦੇਸ਼ ਦੇ ਲਈ ਔਰ ਇਹਦੇ ਨਾਲ ਨਾਲ ਸ਼ੁਰੂਆਤ ਮੈਂ ਕਰਦਾ ਹਾਂ ਉਸੇ ਗੱਲ ਤੋਂ ਹਜੋ ਜੀ ਮੁੱਦਿਆਂ ਤੇ ਜਲੰਧਰ ਦੀ ਜ਼ਿਮਨੀ ਚੋਣ ਮੁੜ ਰਹੀ ਹੈ ਭਗਵੰਤ ਵਰਸਸ ਨਵਜੋਤ ਸਿੰਘ ਸਿੱਧੂ ਜਲੰਧਰ ਦੀ ਜ਼ਿਮਨੀ ਚੋਣ ਬਣਦੀ ਨਜ਼ਰ ਆ ਰਹੀ ਹੈ ਕੱਲ ਪ੍ਰੈਸ ਕਾਨਫਰੰਸ ਕੀਤੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਤੇ 10 ਗਰੰਟੀਆਂ ਪੱਤਰਕਾਰਾਂ ਨੂੰ ਸੁਣਾਈਆਂ ਸਾਰੇ ਜਾਣਦੇ ਨੇ 10 ਗਰੰਟੀਆਂ ਹਜੇ ਮੁਕੰਮਲ ਨਹੀਂ ਹੋਈਆਂ ਔਰ ਇਹੀ ਸਵਾਲ ਨਵਜੋਤ ਸਿੰਘ ਸਿੱਧੂ ਨੇ ਚੱਕੇ ਖਾਸ ਤੌਰ ਤੇ ਉਹਨਾਂ ਨੇ ਸਵਾਲ ਹੀ ਚੱਕਿਆ ਕਿ 54000 ਕਰੋੜ ਰੁਪਏ ਜਿਹੜੇ ਕਮਾਉਣ ਦਾ ਦਾਵਾ ਕੀਤਾ ਸੀ ਮੌਜੂਦਾ ਸਰਕਾਰ ਨੇ ਉਹ 54000 ਕਰੋੜ ਦਾ ਸਟੇਟਸ ਕੀ ਹੈ ਮੈਨੂੰ ਇਹ ਲੱਗਦਾ ਹੈ ਕਿ ਪੋਲਿਟੀਕਲ ਪਾਰਟੀਆਂ ਜਦੋਂ ਚੋਣਾਂ 'ਚ ਜਾਂਦੀਆਂ ਨੇ ਤੇ ਉਹ ਅੰਦਾਜ਼ਿਆਂ ਦੇ ਉੱਤੇ ਵਾਅਦੇ ਕਰਦੀਆਂ ਨੇ ਜ਼ਮੀਨੀ ਹਕੀਕਤਾਂ ਤੋਂ ਬਿਨਾ ਔਰ ਭਾਰਤੀ ਚੋਣ ਕਮਿਸ਼ਨ ਨੂੰ ਇਸ ਮਾਮਲੇ 'ਚ ਬਹੁਤ ਗੰਭੀਰ ਹੋਣ ਦੀ ਜ਼ਰੂਰਤ ਹੈ ਕਿ ਜਦੋਂ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੱਡਾ ਦਾਵਾ ਕਰੇ ਕਿ ਮੁਫਤ ਬਿਜਲੀ ਦਵਾਂਗੇ ਜਾਂ ਖਾਤਿਆਂ 'ਚ 15 ਲੱਖ ਪਾਵਾਂਗੇ ਜਾਂ 1000 ਰੁਪਏ ਖਾਤਿਆਂ 'ਚ ਪਾਵਾਂਗੇ ਜਾਂ ਅਸੀਂ ਰੇਤੇ ਤੋਂ 25000 ਕਰੋੜ ਕਮਾ ਲਾਂਗੇ ਸ਼ਰਾਬ ਤੋਂ 25000 ਕਰੋੜ ਕਮਾ ਲਾਂਗੇ ਮੈਨੂੰ ਲੱਗਦਾ ਉਹਨਾਂ ਤੋਂ ਪ੍ਰੋਜੈਕਟ ਰਿਪੋਰਟਾਂ ਨਾਲ ਮੰਗਣੀਆਂ ਚਾਹੀਦੀਆਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਕਿ ਤੁਸੀਂ ਐਕਸਪਰਟਾਂ ਨਾਲ ਸਲਾਹ ਕਰੋ ਪ੍ਰੋਜੈਕਟ ਰਿਪੋਰਟ ਬਣਾ ਕੇ ਸਾਡੇ ਕੋਲੇ ਲੈ ਕੇ ਆਓ ਕਿ ਤੁਸੀਂ ਜਿਹੜਾ ਕਹਿੰਦੇ ਹੋ 20000 ਕਮਾ ਲਾਂਗੇ 25000 ਕਰੋੜ ਕਮਾ ਲਾਂਗੇ ਉਹਦੇ ਪਿੱਛੇ ਤਰਕ ਕੀ ਆਧਾਰ ਕੀ ਹੈ ਚੁਟਕਲਿਆਂ ਦੇ ਸਹਾਰੇ ਜੁਮਲਿਆਂ ਦੇ ਸਹਾਰੇ ਲਾਰਿਆਂ ਦੇ ਸਹਾਰੇ ਪੋਲਿਟਿਕਲ ਪਾਰਟੀਆਂ ਦੇ ਲੀਡਰ ਲੋਕਾਂ ਨੂੰ ਲਾਲੀਪਪ ਪੋਲਿਟਿਕਲ ਲਾਲੀਪਪ ਦਿਖਾ ਕੇ ਵੋਟਾਂ ਹਾਸਲ ਕਰਦੇ ਨੇ ਇੱਕ ਮੈਂ ਨਵੀਂ ਤਰ੍ਹਾਂ ਦਾ ਨਰੇਟਿਵ ਜਲੰਧਰ ਚ ਦੇਖ ਰਿਹਾ ਧਾਰਨਾ ਹੁਣ ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਨੇ ਉਹ ਹਰ ਜਗ੍ਹਾ ਆਮ ਆਦਮੀ ਪਾਰਟੀ ਬਾਰੇ ਇਹ ਕਹਿੰਦੇ ਨੇ ਕਿ ਸਰਕਾਰ ਬਣੀ ਨੂੰ 13 ਮਹੀਨੇ ਹੋ ਗਏ ਤੇ ਸਾਡੀਆਂ ਮਹਿਲਾਵਾਂ ਦੇ 13000 ਰੁਪਏ ਪੈਂਡਿੰਗ ਹੋ ਗਏ ਭਾਈ ਸਕੀਮ ਤਾਂ ਸ਼ੁਰੂ ਹੀ ਨਹੀਂ ਹੋਈ 13000 ਕਿਵੇਂ ਹੋ ਗਏ ਪਰ ਕਿਉਂਕਿ ਪੋਲਿਟੀਕਲ ਪਾਰਟੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਸਰਕਾਰ ਆਉਣ ਤੇ 1000 ਰੁਪਿਆ ਖਾਤਿਆਂ ਚ ਪਾਵਾਂਗੇ ਔਰਤਾਂ ਦੇ ਉਹਨਾਂ ਨੇ ਸਮਾਂ ਨਹੀਂ ਸੀ ਦੱਸਿਆ ਕਿ ਦੂਜੇ ਸਾਲ ਦਵਾਂਗੇ ਤੀਜੇ ਸਾਲ ਦਵਾਂਗੇ ਚੌਥੇ ਸਾਲ ਦਵਾਂਗੇ ਇਹਦਾ ਮਤਲਬ ਹੈ ਸਪਸ਼ਟਤਾ ਨਹੀਂ ਸੀ ਇਹਦਾ ਮਤਲਬ ਹੈ ਕਨਫਿਊਜ਼ਨ ਵਾਲੀ ਸਥਿਤੀ ਸੀ ਇਸ ਕਰਕੇ ਮੈਂ ਸੁਣ ਰਿਹਾ ਸੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਉਹ ਕਹਿੰਦੇ ਪੰਜਾਬ ਦੀਆਂ ਮਹਿਲਾਵਾਂ ਦੇ 13000 13 13000 ਰੁਪਏ ਖਾਤਿਆਂ 'ਚ ਬਕਾਏ ਨੇ ਸਰਕਾਰ ਵੱਲ ਸੋ ਇੱਕ ਤਰੀਕੇ ਨਾਲ ਇਹ ਇੱਕ ਨੈਗੇਟਿਵ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਖਿਲਾਫ ਪੋਲਿਟੀਕਲ ਪਾਰਟੀਆਂ ਵਾਲੇ ਲੋਕ ਕਰ ਰਹੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਨੇ ਕਿ ਅਸੀਂ ਹਾਂ ਖਾਤਿਆਂ 'ਚ ਪੈਸੇ ਪਾਵਾਂਗੇ ਪਰ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਸੀ ਕੀ ਬੇਅਦਬੀ ਦੇ ਮਾਮਲੇ ਤੇ ਰੇਤੇ ਦੇ ਮਸਲੇ ਤੇ ਪੰਜਾਬ ਚ ਖਜ਼ਾਨੇ ਦੇ ਮਸਲੇ ਤੇ ਅਕਾਲੀ ਤੇ ਕਾਂਗਰਸ ਰਲੇ ਹੋਏ ਨੇ ਉਸੇ ਤਰ੍ਹਾਂ ਹੁਣ ਭੋਜਨ ਸਮਾਜ ਪਾਰਟੀ ਤੇ ਅਕਾਲੀ ਦਲ ਕਹਿ ਰਿਹਾ ਕਿ 13-13000 ਰੁਪਏ ਬਕਾਏ ਹੋ ਗਏ ਸਾਡੀਆਂ ਮਹਿਲਾਵਾਂ ਦੇ ਬੀਬੀਆਂ ਦੇ ਸਰਕਾਰ ਵੱਲ ਸੋ ਆਮ ਲੋਕ ਸਾਡੇ ਪਿੰਡਾਂ ਚ ਮੇਰੇ ਵਰਗੇ ਸਧਾਰਨ ਲੋਕ ਥੋੜੇ ਘੱਟ ਪੜੇ ਲਿਖੇ ਮੇਰੇ ਵਰਗੇ ਕਈ ਵਾਰੀ ਹੌਲੀ ਹੌਲੀ ਉਹ ਇਹ ਭਰੋਸਾ ਕਰਨ ਵੀ ਲੱਗ ਜਾਂਦੇ ਨੇ ਕਿ ਹਾਂ ਜੀ 13 ਮਹੀਨੇ ਹੋ ਗਏ ਹਰ ਮਹੀਨੇ ਸਰਕਾਰ ਦਾ ਸਾਡੇ ਵੱਲ ਬਕਾਇਆ ਵਧੀ ਜਾਂਦਾ ਸੋ ਕਿਤੇ ਇਹ ਨਾ ਹੋਵੇ ਕਿ 2-3 ਸਾਲਾਂ ਬਾਅਦ ਸਰਕਾਰ ਸਾਢੇ 3-4 ਲੱਖ ਕਰੋੜ ਦੀ ਕਰਜ਼ਈ ਤਾਂ ਪੰਜਾਬ ਦੀ ਸਰਕਾਰ ਹੋ ਰਹੀ ਹੈ ਕਿਤੇ ਪ੍ਰਤੀ ਮਹਿਲਾ 1000 ਰੁਪਏ ਦੇ ਹਿਸਾਬ ਦੇ ਨਾਲ ਨਵੇਂ ਲੱਖਾਂ ਹਜ਼ਾਰ ਜਾਂ ਲੱਖਾਂ ਰੁਪਏ ਦੀ ਕਰਜ਼ਦਾਰ ਸਾਡੀ ਸਰਕਾਰ ਨਾ ਬਣ ਜੇ ਧਾਰਨਾ ਦੇ ਵਿੱਚ ਹੁਣ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਪੋਲਿਟਿਕਲ ਪਾਰਟੀਆਂ ਮੁੱਦਿਆਂ ਦੇ ਉੱਤੇ ਸਿਆਸਤ ਕਰਨ ਔਰ ਲੋਕਾਂ ਨੂੰ ਵਾਅਦੇ ਉਸੇ ਤਰੀਕੇ ਨਾਲ ਕੀਤੇ ਜਾਣ ਜਿਹੜੇ ਪੂਰੇ ਹੋ ਸਕਦੇ ਨੇ ਭਾਵੇਂ ਹਜ਼ਾਰਾਂ ਮਹਿਲਾ ਕਲੀਨਿਕ ਬਣਾਉਣ ਦੀ ਗੱਲ ਕੀਤੀ ਸੀ ਪਰ ਚਲੋ ਕਹਿੰਦੇ 500 ਤੋਂ ਵੱਧ ਬਣਾਤੇ ਭਾਈ ਚਲੋ ਕੁਝ ਤਾਂ ਬਣਾਈ ਭਗਵੰਤਮਨ ਸਾਹਿਬ ਦੀ ਸਰਕਾਰ ਨੇ ਕਹਿੰਦੇ ਸੀ ਸਾਰੇ ਸਕੂਲਾਂ ਦਾ ਨਕਸ਼ਾ ਬਦਲ ਲਾਂਗੇ ਚਲੋ 117 ਸਕੂਲ ਤਾਂ ਸਕੂਲ ਆਫ ਐਮੀਨੈਂਸ ਭਾਵੇਂ ਅੰਗਰੇਜ਼ੀ ਚ ਨਾਮ ਰੱਖਿਆ ਸਰਕਾਰ ਨੇ ਇਹਨਾਂ ਤੇ ਕੰਮ ਤਾਂ ਸ਼ੁਰੂ ਕੀਤਾ 117 ਸਕੂਲਾਂ ਤੇ ਹੁਣ ਜੇ 13 ਮਹੀਨਿਆਂ ਚ ਗੱਲ ਇੱਥੇ ਪਹੁੰਚੀ ਹੈ ਤੇ ਕੀ 5 ਸਾਲਾਂ ਚ ਮੁਕੰਮਲ ਤੌਰ ਦੇ ਉੱਤੇ ਸਾਡੇ ਐਜੂਕੇਸ਼ਨ ਦਾ ਸਿੱਖਿਆ ਦੇ ਖੇਤਰ ਦਾ ਨਕਸ਼ਾ ਪਲਟ ਜਾਊ ਚਲੋ ਵੈਸੇ ਕੰਮ ਤਾਂ ਸਿੱਖਿਆ ਦੇ ਖੇਤਰ ਚ ਕਈ ਚੰਗੇ ਹੋ ਰਹੇ ਨੇ ਹਰਜੋਤ ਬੈਂਸ ਬਹੁਤ ਮਿਹਨਤ ਕਰ ਰਹੇ ਨੇ ਔਰ ਕਈ ਲੋਕ ਤਾਂ ਹਰਜੋਤ ਬੈਂਸ ਚ ਪੰਜਾਬ ਚ ਆਮ ਆਦਮੀ ਪਾਰਟੀ ਦਾ ਭਵਿੱਖ ਦਾ ਮੁੱਖ ਮੰਤਰੀ ਵੀ ਦਿਖ ਰਹੇ ਨੇ ਕਈ ਵਲਾਂਟਿਅਰਜ਼ ਆਮ ਆਦਮੀ ਪਾਰਟੀ ਦੇ ਮੇਰੀ ਪਰਸੋਂ ਹੀ ਉਹਨਾਂ ਨਾਲ ਗੱਲ ਹੋਈ ਉਹ ਹਰਜੋਤ ਬੈਂਸ ਦੀ ਬਹੁਤ ਤਾਰੀਫ ਕਰ ਰਹੇ ਸੀ ਕਿ ਬਹੁਤ ਮਿਹਨਤ ਹਰਜੋਤ ਬੈਂਸ ਕਰ ਰਹੇ ਨੇ ਸਿੱਖਿਆ ਦੇ ਖੇਤਰ 'ਚ। ਉਹਨਾਂ ਨੂੰ ਸ਼ੁਭ ਕਾਮਨਾਵਾਂ ਨੇ। ਪਰ ਜਦੋਂ ਵਲੰਟੀਅਰ ਹੀ ਕਹਿਣ ਲੱਗ ਜਾਣ ਕਿ ਹਰਜੋਤ ਬੈਂਸ ਜਿਹਾ ਲੀਡਰ ਹੈ ਸਾਡਾ ਇਹ ਮੁੱਖ ਮੰਤਰੀ ਵੀ ਬਣ ਸਕਦਾ ਹੈ। ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਹਰਜੋਤ ਬੈਂਸ ਦੇ ਕੰਮ ਦੀ ਤਾਰੀਫ ਹੋ ਰਹੀ ਹੈ। ਚਲੋ ਇਹ ਹਰ ਪਾਰਟੀ ਦੇ ਵਿੱਚ ਕੋਈ ਨਾ ਕੋਈ ਜਿਵੇਂ ਕਾਂਗਰਸ ਵਾਲਿਆਂ ਨੂੰ ਦਿਖਦਾ ਹੈ। ਕਾਂਗਰਸ ਵਾਲੇ ਕਹਿੰਦੇ ਅਗਰ ਨਵਜੋਤ ਸਿੰਘ ਸਿੱਧੂ ਹੈ ਤੇ ਕਾਂਗਰਸ ਸੱਤਾ ਚਾ ਸਕਦੀ ਹੈ। ਜੇ ਨਵਜੋਤ ਸਿੰਘ ਸਿੱਧੂ ਨਹੀਂ ਹੈ ਤੇ ਕਾਂਗਰਸ ਦਾ ਕੁਝ ਨਹੀਂ ਪਤਾ ਇਹ ਵੀ ਕਹਿੰਦੇ ਨੇ ਕਈ ਵਲੰਟੀਅਰ ਹਾਲਾਂਕਿ ਕਈ ਤਾਂ ਅਜੇ ਵੀ ਨਹੀਂ ਜਿਹੜੇ ਕਹਿੰਦੇ ਨੇ ਕਿ ਜਿਹੜੇ ਸਾਡੇ ਪੁਰਾਣੇ ਲੀਡਰ ਨੇ ਉਹ ਜ਼ਿਆਦਾ ਚੰਗੇ ਨੇ ਸੋ ਸਾਨੂੰ ਪਤਾ ਹੈ ਅੱਜ ਕੱਲ ਗਰੁੱਪ ਬਾਜ਼ੀ ਗੁੱਟ ਬਾਜ਼ੀ ਛੋਟੇ ਛੋਟੇ ਗਰੁੱਪ ਛੋਟੇ ਛੋਟੇ ਗੁੱਟ ਸਾਰੀਆਂ ਪੋਲੀਟੀਕਲ ਪਾਰਟੀਆਂ ਸਾਰੇ ਧੜਿਆਂ 'ਚ ਹੁੰਦੇ ਨੇ ਹੁਣ ਕਾਂਗਰਸ ਦਾ ਸਾਨੂੰ ਵੈਸੇ ਹੀ ਪਤਾ ਹੈ ਕਿ ਮਸ਼ਹੂਰ ਹੈ ਧੜੇ ਬਾਜ਼ੀ ਲਈ ਕਾਂਗਰਸ 'ਚ ਹੋਰ ਕੁਝ ਹੋਵੇ ਨਾ ਹੋਵੇ ਧੜਾ ਜ਼ਰੂਰ ਹੁੰਦਾ ਕਹਿੰਦੇ ਇਹ ਕਾਫੀ ਸਮੇਂ ਤੋਂ ਪੰਜਾਬ 'ਚ ਲੋਕ ਤਜਰਬਾ ਕਰਦੇ ਨੇ ਸੋ ਧੜਿਆਂ ਦੀ ਪਾਰਟੀ ਕਾਂਗਰਸ ਕਈ ਇਲਜ਼ਾਮ ਵੀ ਲਾਉਂਦੇ ਨੇ ਵਿਰੋਧੀ ਜਿਵੇਂ ਭਗਵੰਤ ਮਾਨ ਨੇ ਪਰਸੋਂ ਕਿਹਾ ਸੀ ਕਹਿੰਦਾ ਉਹ ਇਕੱਠੇ ਭਾਵੇਂ ਇੱਕ ਮੰਚ ਤੇ ਹੋਏ ਉਸ ਦਿਨ ਸਾਰੇ ਜਿੱਦਣ ਬਹੁਤ ਵੱਡੀ ਸਟੇਜ ਲੱਗੀ ਪਰ ਮੂੰਹ ਇੱਕ ਦੂਜੇ ਦੇ ਖਿਲਾਫ ਸੀ ਭਗਵੰਤ ਮਾਨ ਕਹਿੰਦਾ ਕਹਿੰਦੇ ਉਹ ਆਪਸ ਵਿੱਚ ਹੀ ਲੜਦੇ ਆ ਚਲੋ ਇਹ ਤੰਜ ਤਾਂ ਪੋਲਿਟੀਕਲ ਪਾਰਟੀਆਂ ਦੇ ਲੀਡਰ ਇੱਕ ਦੂਸਰੇ ਤੇ ਲਾਉਂਦੇ ਨੇ ਪਰ ਗੱਲ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਭਾਵੇਂ ਅੱਜ ਕੱਲ ਮੀਡੀਆ ਦਾ ਸਾਰਾ ਹਿੱਸਾ ਨਿਰਪੱਖਤਾ ਦੇ ਨਾਲ ਇਸ ਤਰੀਕੇ ਦੀਆਂ ਪ੍ਰੈਸ ਕਾਨਫਰੰਸ ਨਹੀਂ ਦਿਖਾਉਂਦਾ ਪਰ ਫਿਰ ਵੀ ਸੋਸ਼ਲ ਮੀਡੀਆ ਔਰ ਆਮ ਲੋਕ ਕਾਫੀ ਅੱਜਕੱਲ੍ਹ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੂੰ ਸ਼ੇਅਰ ਕਰ ਦਿੰਦੇ ਨੇ। ਬਾਕੀ ਨਵਜੋਤ ਸਿੰਘ ਸਿੱਧੂ ਦਾ ਆਪਣਾ ਸੋਸ਼ਲ ਮੀਡੀਆ ਵੀ ਚੈਨਲ ਵਰਗਾ ਹੀ ਆ। ਭਾਵੇਂ ਉਹਨਾਂ ਦੇ ਫੇਸਬੁੱਕ ਹੋਣ, YouTube ਹੋਣ ਜਾਂ ਉਹਨਾਂ ਦੇ ਜਿਹੜੇ ਟਵਿੱਟਰ ਵਗੈਰਾ ਅੱਜਕੱਲ੍ਹ ਨਵੇਂ-ਨਵੇਂ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਹੋ ਗਏ। ਬਹੁਤ ਵੱਡੇ ਲੋਕ ਨਵਜੋਤ ਸਿੰਘ ਸਿੱਧੂ ਦੇ ਇਨ੍ਹਾਂ ਪਲੇਟਫਾਰਮਸ ਤੇ ਹੀ ਚੈਨਲ ਦੀ ਤਰ੍ਹਾਂ ਇਨ੍ਹਾਂ ਲਾਈਵ ਪ੍ਰੈਸ ਕਾਨਫਰੰਸ ਨੂੰ ਸੁਣ ਲੈਂਦੇ ਨੇ। ਸੋ ਨਵਜੋਤ ਸਿੰਘ ਸਿੱਧੂ ਨੇ ਸ਼ਰਾਬ ਦੀ ਕਾਰਪੋਰੇਸ਼ਨ ਰੇਟੇ ਦੀ ਕਾਰਪੋਰੇਸ਼ਨ ਨਾ ਬਣਾਉਣ ਲਈ ਆਮ ਆਦਮੀ ਪਾਰਟੀ ਤੇ ਸਵਾਲ ਚੱਕੇ ਹਰਪਾਲ ਚੀਮਾ ਜੀ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਇੰਚਾਰਜ ਨੇ ਹਰਪਾਲ ਚੀਮਾ ਉਹਨਾਂ ਦਾ ਵੀ ਜਵਾਬ ਆ ਗਿਆ ਉਹ ਕਹਿੰਦੇ ਕਾਂਗਰਸ ਦੇ ਅਲੀਗੇਸ਼ਨ ਬੇਬੁਨਿਆਦ ਹੈ ਆਮ ਆਦਮੀ ਪਾਰਟੀ ਬਹੁਤ ਚੰਗੇ ਕੰਮ ਕਰ ਰਹੀ ਹੈ ਉਂਝ ਆਮ ਆਦਮੀ ਪਾਰਟੀ ਕੋਲੇ ਕੁਝ ਗੱਲਾਂ ਨੇ ਜਿਹੜੀਆਂ ਲਗਾਤਾਰ ਕਹੀਆਂ ਜਾਂਦੀਆਂ ਨੇ ਉਹ ਮੈਂ ਵੀ ਕਹਿ ਦਿੰਦਾ ਸਭ ਤੋਂ ਪਹਿਲੀ ਵੱਡੀ ਪ੍ਰਾਪਤੀ ਆਮ ਆਦਮੀ ਪਾਰਟੀ ਗਣਾਉਂਦੀ ਜ਼ੀਰੋ ਬਿਲ ਕੋਈ ਦੂਰਾਈ ਨਹੀਂ ਵੱਡੀ ਗਿਣਤੀ ਚ ਲੋਕਾਂ ਨੂੰ ਜ਼ੀਰੋ ਬਿਲ ਹੈ ਪਰ ਨਵਜੋਤ ਸਿੰਘ ਸਿੱਧੂ ਸਵਾਲ ਚੱਕ ਰਹੇ ਨੇ ਕਿ ਬਿਜਲੀ ਬੋਰਡ ਕਰਜ਼ਾ ਕਿਉਂ ਲੈ ਰਿਹਾ ਹੈ ਸਰਕਾਰ ਕਰਜ਼ਾ ਕਿਉਂ ਚੱਕ ਰਹੀ ਹੈ ਜੇ ਸਰਕਾਰ ਨੇ ਬਿਜਲੀ ਬੋਰਡ ਨੂੰ ਪੈਸਾ ਮੋੜਤਾ ਤੇ ਸਰਕਾਰ ਨੇ ਕਰਜ਼ਾ ਕਿਉਂ ਚੱਕਿਆ ਕਈ ਹਜ਼ਾਰ ਕਰੋੜ ਦਾ ਕਰਜ਼ਾ ਚੱਕਿਆ ਉੰਜ ਸਵਾਲ ਇਹ ਵੀ ਹੈ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਵੀ ਸਵਾਲ ਹੈ ਕਿ ਕਰਜ਼ਾ ਤਾਂ ਕੈਪਟਨ ਅਮਰਿੰਦਰ ਵੇਲੇ ਵੀ ਚੱਕਿਆ ਗਿਆ ਚਰਨਜੀਤ ਚੰਨੀ ਵੇਲੇ ਵੀ ਚੱਕਿਆ ਗਿਆ ਕਰਜ਼ਾ ਤਾਂ ਕਹਿੰਦੇ ਚੱਕਣ ਲਈ ਬਣਿਆ ਪਰ ਪੰਜਾਬ ਕਰਜ਼ਾ ਉਹਨਾਂ ਕਾ ਚੱਕੇ ਜਿੰਨਾ ਕ ਕਰਜ਼ਾ ਪੰਜਾਬ ਸਹਿ ਸਕਦਾ ਇਹ ਨਾ ਹੋਵੇ ਪੰਜਾਬ ਕਰਜ਼ੇ ਹੇਠਾਂ ਦੱਬ ਜੇ ਜਿਵੇਂ ਕਈ ਵਾਰੀ ਸਾਡੀਆਂ ਮੋਟਰਾਂ ਦਬ ਜਾਂਦੀਆਂ ਸੋ ਕਰਜ਼ਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਇਹ ਗੱਲ ਤਾਂ ਸਹਿਮਤ ਹੈ ਪਰ ਇਹ ਸਵਾਲ ਹੈ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਜ਼ੀਰੋ ਬਿਲ ਦਿੱਤਾ ਵੱਡੀ ਗਿਣਤੀ ਲੋਕਾਂ ਨੂੰ ਉਂਝ ਪੁਰਾਣੇ ਸਮਿਆਂ 'ਚ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨੂੰ ਬਿਜਲੀ ਮਾਫ ਕੀਤੀ ਸੀ ਫੇਰ ਸਾਡੇ ਰਾਖਵੇਂ ਕਰਨ ਵਾਲੇ ਭਾਈਚਾਰਾ ਨੂੰ ਭਾਈਚਾਰੇ ਨੂੰ 200 ਯੂਨਿਟ ਦੇ ਹਸਾਬ ਨਾਲ ਬਿਜਲੀ ਮਾਫ ਸੀ ਸੋ ਜਲੰਧਰ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਪਹਿਲਾਂ ਵੀ ਮੁਫਤ ਬਿਜਲੀ ਦੀ ਜਿਹੜੀ ਸਹੂਲਤ ਹੈ ਉਹ ਲੈ ਰਹੇ ਸੀ ਹੁਣ ਇਹ ਮੁੱਦਾ ਮੁਫਤ ਬਿਜਲੀ ਦਾ ਜਲੰਧਰ 'ਚ ਕਿੰਨਾ ਕੁ ਪ੍ਰਭਾਵ ਪਾਉਂਦਾ ਹੈ ਇਹ ਵਕਤ ਦੱਸੂਗਾ ਕਿਉਂਕਿ ਲੜਾਈ ਸਿਆਸੀ ਲੜਾਈ ਮੁੱਦਿਆਂ ਤੇ ਆ ਗਈ। ਫਿਰ ਨਵਜੋਤ ਸਿੰਘ ਸਿੱਧੂ ਕਹਿੰਦੇ ਮਹੱਲਾ ਕਲੀਨਿਕ ਹਜ਼ਾਰਾਂ ਦੀ ਗੱਲ ਹੋਈ ਸੀ 5 ਸਵਾ 100 ਤੇ ਆ ਕੇ ਆਮ ਆਦਮੀ ਪਾਰਟੀ ਪ੍ਰਚਾਰ ਕਰ ਰਹੀ ਹੈ। ਆਮ ਆਦਮੀ ਪਾਰਟੀ ਕਹਿੰਦੀ ਅਸੀਂ 500 ਤੋਂ ਵੱਧ ਬਣਾਤੇ ਤੇ ਜਲੰਧਰ 'ਚ 38 ਤੋਂ ਵੱਧ ਬਣਾਤੇ। ਉੰਜ ਭਗਵੰਤ ਮਾਨ ਨੇ ਕਈ ਵੱਡੀਆਂ ਗੱਲਾਂ ਕੀਤੀਆਂ ਜਿੱਦਣ ਕੇਜਰੀਵਾਲ ਨਾਲ ਆਏ। ਉਹ ਕਹਿੰਦੇ ਅਸੀਂ ਕੂੜੇ ਦੇ ਢੇਰ ਖਤਮ ਕਰਾਂਗੇ ਸੜਕਾਂ ਦਾ ਵਿਕਾਸ ਕਰਾਂਗੇ ਆਦਮਪੁਰ ਹਵਾਈ ਅੱਡਾ ਤਕੜਾ ਕਰ ਦਿਆਂਗੇ ਕਈ ਗੱਲਾਂ ਭਗਵੰਤ ਮਾਨ ਨੇ ਵੀ ਕੀਤੀਆਂ ਨੌਕਰੀਆਂ ਦਾ ਅੰਕੜਾ ਭਗਵੰਤ ਮਾਨ ਦੱਸਦੇ ਨੇ 2842 ਉਹ ਕਹਿੰਦੇ ਅਸੀਂ ਹੁਣ ਤੱਕ ਦੇ ਚੁੱਕੇ ਹਾਂ ਉੰਜ 13 ਮਹੀਨੇ ਨੇ 2842 ਨੌਕਰੀਆਂ ਨੇ ਆਉਂਦੇ ਸਮੇਂ 'ਚ ਨੌਕਰੀਆਂ ਕਿਵੇਂ ਅੱਗੇ ਵਧਣਗੀਆਂ ਅਰਵਿੰਦ ਕੇਦਰੀਵਾਲ ਨੇ ਕਿਹਾ ਥਾ ਕਿ ਆਉਂਦੇ ਸਮੇਂ 'ਚ ਅਸੀਂ ਸਰਕਾਰੀ ਤੇ ਪ੍ਰਾਈਵੇਟ ਪੱਧਰ ਤੇ ਲੱਖਾਂ ਨੌਕਰੀਆਂ ਦਵਾਂਗੇ ਹੁਣ ਜਦੋਂ ਪ੍ਰਾਈਵੇਟ ਸ਼ਬਦ ਜੁੜ ਜਾਂਦਾ ਉਹ ਲੱਖਾਂ ਨੌਕਰੀਆਂ ਪ੍ਰਾਈਵੇਟ ਤਾਂ ਪਹਿਲਾਂ ਵੀ ਨੇ ਪੰਜਾਬ 'ਚ ਮਸਲਾ ਤਾਂ ਸਰਕਾਰੀ ਨੌਕਰੀਆਂ ਦਾ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਜਿਹੜੇ ਪੈਸੇ ਮਿਲਦੇ ਨੇ ਪਰ ਅੱਜ ਕੱਲ ਤਾਂ ਕਈ ਪ੍ਰਾਈਵੇਟ ਨੌਕਰੀਆਂ 'ਚ ਪੈਸੇ ਸਰਕਾਰੀ ਨੌਕਰੀਆਂ ਨਾਲੋਂ ਜ਼ਿਆਦਾ ਨੇ ਭਾਈ ਸ਼ੁਰੂਆਤ 'ਚ ਸਰਕਾਰੀ ਨੌਕਰੀਆਂ 'ਚ ਤਾਂ 6 6 8 8000 ਦੀ ਗੱਲ ਵੀ ਤੁਰੀ ਸੀ ਪਿੱਛੇ ਦੇ ਅਧਿਆਪਕਾਂ ਨੂੰ ਚਲੋ ਪਰ ਲੋਕ ਸਰਕਾਰੀ ਨੌਕਰੀਆਂ ਚਾਹੁੰਦੇ ਨੇ ਪੜ੍ਹ ਲਿਖ ਕੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੀ ਪੱਕੀ ਜਿਹੜੀ ਆ ਇੱਕ ਉਹਨਾਂ ਦੀ ਜ਼ਿੰਦਗੀ 'ਚ ਸਥਿਰਤਾ ਆਵੇ ਪ੍ਰਾਈਵੇਟ ਨੌਕਰੀ 'ਚ ਜ਼ਿਆਦਾਤਰ ਸਥਿਰਤਾ ਨਹੀਂ ਹੁੰਦੀ ਇਹ ਅਸੀਂ ਜਾਣਦੇ ਹਾਂ ਪ੍ਰਾਈਵੇਟ ਸੈਕਟਰ ਅਨ ਆਰਗਨਾਈਜ਼ਡ ਸੈਕਟਰ ਹੈ ਜਿਹਦੇ ਤੇ ਸਰਕਾਰ ਦਾ ਜ਼ਿਆਦਾ ਦਖਲ ਨਹੀਂ ਰਹਿੰਦਾ ਹਾਂ ਅਗਰ ਸਰਕਾਰ ਕਾਬਿਲ ਹੋਵੇ ਤੇ ਦਖਲ ਬਣਾ ਸਕਦੀ ਹੈ ਪ੍ਰਾਈਵੇਟ ਸੈਕਟਰ 'ਚ ਪ੍ਰਾਈਵੇਟ ਸੈਕਟਰ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਪਰ ਸਰਕਾਰਾਂ ਪ੍ਰਾਈਵੇਟ ਸੈਕਟਰ ਨੂੰ ਉਨੀ ਤਰਜੀਹ ਦੰਦੀਆਂ ਨਹੀਂ ਪਰ ਗੱਲ ਕੀਤੀ ਹੈ ਕੇਂਦਰੀ ਵਾਲ ਨੇ ਇਸ ਕਰਕੇ ਮੈਂ ਕੀਤੀ ਹੈ ਸੋ ਆਮ ਆਦਮੀ ਪਾਰਟੀ ਲਗਾਤਾਰ ਜੋ ਕੁਝ ਕਰਤਾ ਕਰਪਸ਼ਨ ਦੇ ਖਿਲਾਫ ਇਹ ਕੋਈ ਦੋਰਾ ਹੀ ਨਹੀਂ ਹੈ ਕਿ ਕਰਪਸ਼ਨ ਦੇ ਖਿਲਾਫ ਬਹੁਤ ਵੱਡੀ ਲੜਾਈ ਆਮ ਆਦਮੀ ਪਾਰਟੀ ਨੇ ਲੜੀ ਹੈ ਕਾਂਗਰਸ ਦੇ ਵੱਡੀ ਗਿਣਤੀ ਲੀਡਰਾਂ ਨੂੰ ਸੱਦਿਆ ਜਾ ਰਿਹਾ ਹੈ ਵਿਜੀਲੈਂਸ ਵੱਲੋਂ ਵਿਧਾਇਕਾਂ ਨੂੰ ਸੱਦਿਆ ਜਾ ਰਿਹਾ ਹੈ ਉਂਝ ਕਰਪਸ਼ਨ ਦੇ ਖਿਲਾਫ ਲੜਾਈ ਲਈ ਜ਼ਰੂਰੀ ਹੈ ਕਿ ਸਿਰਫ ਪੁਰਾਣੀ ਸਰਕਾਰ ਦੇ ਵਿਧਾਇਕਾਂ ਨੂੰ ਨਹੀਂ ਨਵੀਂ ਸਰਕਾਰ ਦੇ ਵਿਧਾਇਕਾਂ ਨੂੰ ਵੀ ਵਾਰੀ-ਵਾਰੀ ਸੱਦਿਆ ਜਾ ਸਕਦਾ ਹੈ ਕਿਉਂਕਿ ਇਲਜ਼ਾਮ ਕਈ ਵਿਧਾਇਕਾਂ ਤੇ ਆਉਂਦੇ ਨੇ ਕਈ ਫੜੇ ਵੀ ਗਏ ਨਵੀਂ ਸਰਕਾਰ ਵਾਲੇ ਕਈਆਂ ਤੇ ਕੇਸ ਵੀ ਦਰਜ ਹੋਏ ਕਈਆਂ ਦੇ ਤਾਂ ਰਿਸ਼ਤੇਦਾਰ ਵੀ ਸਵਾਲਾਂ ਦੇ ਵਿੱਚ ਨੇ ਪਰ ਮੈਂ ਕਹਿੰਦਾ ਵਿਜੀਲੈਂਸ ਅਚਨਚੇਤ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਸਰਕਾਰੀ ਵਿਧਾਇਕ ਨੂੰ ਜਾਂ ਵਿਧਾਇਕ ਨੂੰ ਜਾਂ ਮੰਤਰੀ ਨੂੰ ਜ਼ਰੂਰ ਆਮਦਨ ਦੇ ਸਰੋਤ ਪੇਸ਼ ਕਰਨ ਲਈ ਕਿਹਾ ਕਰੇ ਉਹਦੇ ਨਾਲ ਸਾਡੇ ਵਿਧਾਇਕ ਤੇ ਮੰਤਰੀ ਨੇ ਜਿਹੜੇ ਉਹ ਹੋਰ ਕਰਪਸ਼ਨ ਤੋਂ ਦੂਰ ਰਹਿਣਗੇ ਕਈ ਵਾਰੀ ਮੰਤਰੀ ਤੇ ਵਿਧਾਇਕ ਕਰਪਸ਼ਨ ਲੈਣਾ ਵੀ ਨਹੀਂ ਚਾਹੁੰਦੇ ਹੁੰਦੇ ਕਰਪਸ਼ਨ ਕਰਨਾ ਵੀ ਨਹੀਂ ਚਾਹੁੰਦੇ ਹੁੰਦੇ ਕਈ ਸਾਡੇ ਲੋਕ ਹੀ ਇੰਨੇ ਕਹਿੰਦੇ ਨੇ ਕਾਬਿਲ ਹੈ ਗਲਤ ਕਾਬਿਲ ਕਹਿਦੀ ਉਹਨਾਂ ਕਈ ਸਾਡੇ ਲੋਕ ਹੀ ਇੰਨੇ ਗਲਤ ਕਾਬਲ ਨੇ ਕਿ ਉਹ ਧੱਕੇ ਨਾਲ ਹੀ ਕਰਪਸ਼ਨ ਦੇ ਆਉਂਦੇ ਆ ਕਿਸੇ ਨਾ ਕਿਸੇ ਰੂਪ ਚ ਸੋ ਇਹਨਾਂ ਲੋਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਧੱਕੇ ਨਾਲ ਕਰਪਸ਼ਨ ਦੇ ਕੇ ਆਉਂਦੇ ਨੇ ਸੋ ਇਹਦੇ ਪਾਸੇ ਵੀ ਵਿਜੀਲੈਂਸ ਬਿਊਰੋ ਨੂੰ ਸੋਚਣ ਦੀ ਲੋੜ ਹੈ ਉਂਝ ਲੜਾਈ ਜਲੰਧਰ ਦੀ ਹੌਲੀ-ਹੌਲੀ ਮੁੱਦਿਆਂ ਤੇ ਆ ਰਹੀ ਹੈ ਪੰਜਾਬ ਦੇ ਲੋਕ ਜਲੰਧਰ ਦੇ ਲੋਕ ਮੁੱਦਿਆਂ ਦੀ ਗੱਲ ਕਰਨੀ ਸ਼ੁਰੂ ਕਰ ਰਹੇ ਨੇ ਬਿਜਲੀ ਮੁਫਤ ਬਿਜਲੀ ਨੂੰ ਸੋਚ ਰਹੇ ਨੇ ਇਹਦਾ ਕੀ ਨਫਾ ਨੁਕਸਾਨ ਹੈ ਮਹੱਲਾ ਕਲੀਨਿਕਾ ਔਰ ਦੂਸਰੇ ਜਿਹੜੇ ਸਾਡੇ ਸਿਹਤ ਕੇਂਦਰ ਨੇ ਮਹੱਲਾ ਕਲੀਨਿਕ ਬੜੀ ਚੰਗੀ ਸਹੂਬਾ ਦੇ ਰਹੇ ਨੇ ਲੇਕਿਨ ਦੂਜੇ ਹਸਪਤਾਲ ਜਾਂ ਦੂਸਰੀਆਂ ਸਿਹਤ ਵਿਵਸਥਾਵਾਂ ਉਨੀਆਂ ਕਾਮਯਾਬ ਨਹੀਂ ਹੈ ਕੱਲ ਜਲੰਧਰ ਚ ਮੈਂ ਪ੍ਰੋਟੈਸਟ ਵੀ ਦੇਖਿਆ ਸੜਕ ਤੇ ਧਰਨੇ ਕਈ ਥਾਂ ਪੰਜਾਬ ਚ ਲੱਗ ਰਹੇ ਨੇ ਕਿਸਾਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਸਾਰੇ ਪਾਸੇ ਕਿਸਾਨਾਂ ਨੂੰ ਮੁਆਵਜ਼ਾ ਮਿਲ ਨਹੀਂ ਰਿਹਾ ਮੰਡੀਆਂ ਚ ਉਸ ਤਰੀਕੇ ਦੀ ਵਿਵਸਥਾ ਨਹੀਂ ਹੈ ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਮੰਡੀਆਂ ਚ ਲਿਫਟਿੰਗ ਹੋਰ ਤੇਜ਼ ਅਸੀਂ ਕਰਾਂਗੇ ਔਰ ਅਦਾਇਗੀ ਹੈ ਜਿਹੜੀ ਮੰਡੀਆਂ ਚ ਤੁਰੰਤ ਕਿਸਾਨਾਂ ਨੂੰ ਹੋਏਗੀ ਹੁਣ ਇਹ ਇੱਕ ਕੜਮਾਸ ਜ ਹੈ ਮੁੱਦਿਆਂ ਦਾ ਔਰ ਵਿਰੋਧੀਆਂ ਦਾ ਵਿਰੋਧੀ ਲਗਾਤਾਰ ਇਲਜ਼ਾਮ ਲਾ ਰਹੇ ਨੇ ਭਾਵੇਂ ਉਹਦੇ ਚ ਪ੍ਰਤਾਪ ਬਾਜਵਾ ਨੇ ਰਾਜਾ ਵੜਿੰਗ ਨੇ ਹਾਲਾਂਕਿ ਕੱਲ ਜਦੋਂ ਨਵਜੋਤ ਸਿੰਘ ਸਿੱਧੂ ਨੇ ਉਦਘਾਟਨ ਕੀਤਾ ਹਰਜੋਤ ਜੀ ਹਲਕਾ ਉੱਤਰੀ ਦੇ ਵਿੱਚ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਮੌਕੇ ਦੇ ਕਨਸਟੈਂਸੀ ਦੇ ਵਿੱਚ ਹਲਕੇ ਦੇ ਵਿੱਚ ਚੋਣ ਦਫ਼ਤਰ ਦਾ ਤੇ ਉਸ ਵੇਲੇ ਰਾਜਾ ਵੜਿੰਗ ਔਰ ਨਵਜੋਤ ਸਿੰਘ ਸਿੱਧੂ ਉਹ ਇੱਕੋ ਹੀ ਮੰਚ ਤੇ ਬੈਠੇ ਸੀ ਸੋ ਇਹ ਵੀ ਕਾਂਗਰਸ ਦੇ ਵਲੰਟਰੀਆਂ ਨੂੰ ਵਲੰਟੀਅਰਸ ਨੂੰ ਕਾਫੀ ਖੁਸ਼ੀ ਵਾਲਾ ਮਾਹੌਲ ਹੈ ਉੱਥੇ ਦੇਖ ਕੇ ਲੱਗਿਆ ਔਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਉਸੇ ਪੁਰਾਣੇ ਸਟਾਈਲ ਦੇ ਵਿੱਚ ਮੁੱਦਿਆਂ ਦੇ ਸਹਾਰੇ ਗੱਲ ਕੀਤੀ ਹਾਸਾ ਵੀ ਬਹੁਤ ਪਾਇਆ ਸੋ ਪ੍ਰੈਸ ਕਾਨਫਰੰਸ ਕੱਲ ਕੀਤੀ ਉਹਦਾ ਮੈਂ ਜ਼ਿਕਰ ਕੀਤਾ ਫਿਰ ਇੱਕ ਸ਼ਾਮ ਨੂੰ ਚੋਣ ਰੈਲੀ ਸੀ ਉਹਦਾ ਜ਼ਿਕਰ ਕੀਤਾ ਜੀਚ ਨਵਜੋਤ ਸਿੰਘ ਸਿੱਧੂ ਨੇ ਇੱਕ ਤਰੀਕੇ ਨਾਲ ਕਹਿ ਦਿੱਤਾ ਇਸ਼ਾਰਿਆਂ ਇਸ਼ਾਰਿਆਂ ਚ ਕਿ ਮਰਦੇ ਦਮ ਤੱਕ ਕਾਂਗਰਸ ਤੋਂ ਵੱਖ ਨਹੀਂ ਹੁੰਦੇ ਸੋ ਇਹਦੇ ਨਾਲ ਕਾਂਗਰਸ ਦੇ ਵਲੰਟੀਅਰਸ ਨੇ ਉੱਥੇ ਖੂਬ ਤਾੜੀਆਂ ਮਾਰੀਆਂ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਕਿਤੇ ਜਾਵੇ ਹਾਲਾਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਜਿਹੇ ਲੋਕ ਨੇ ਜਿਹੜੇ ਅੱਜ ਵੀ ਇਹ ਚਾਹੁੰਦੇ ਨੇ ਕਿ ਜੇ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਬਣਾ ਲੈਣ ਤੇ ਜ਼ਿਆਦਾ ਚੰਗੀ ਗੱਲ ਹੈ ਖੈਰ ਨਵਜੋਤ ਸਿੰਘ ਸਿੱਧੂ ਦਾ ਆਪਣਾ ਫੈਸਲਾ ਹੈ ਉਹਨਾਂ ਦੀ ਜ਼ਿੰਦਗੀ ਹੈ ਕਿ ਉਹਨਾਂ ਨੇ ਆਪਣੀ ਸਿਆਸਤ ਕਿਵੇਂ ਅੱਗੇ ਲੈ ਕੇ ਜਾਣੀ ਹੈ ਹਾਲਾਂਕਿ ਉਹਨਾਂ ਦੀ ਸਿਆਸਤ ਪੰਜਾਬ ਪੱਖੀ ਹੈ ਕਿਸੇ ਪਾਰਟੀ ਪੱਖੀ ਨਹੀਂ ਹੈ ਸੋ ਆਪਣੀ ਸਰਕਾਰ ਹੁੰਦੇ ਹੋਏ ਕੈਪਟਨ ਮਰਿੰਦਰ ਦੇਵਤਾ ਮੁੱਦਿਆਂ ਤੇ ਲੜਦੇ ਰਹੇ ਕੈਪਟਨ ਮਰਿੰਦਰ ਨਾਲ ਠੀਕ ਹੈ ਅਜਿਹਾ ਹੋਣਾ ਵੀ ਚਾਹੀਦਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੁਮਰ ਵਿਜੇ ਪ੍ਰਤਾਪ ਉਹ ਭਾਵੇਂ ਸਰਕਾਰ ਕੁਮਰ ਵਿਜੇ ਪ੍ਰਤਾਪ ਦੀ ਆਮ ਆਦਮੀ ਪਾਰਟੀ ਦੀ ਆ ਪਰ ਉਹ ਮੁੱਦਿਆਂ ਤੇ ਲੜਦੇ ਨੇ ਅਜਿਹੇ ਲੋਕ ਹੋਣੇ ਵੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਲਈ ਮੁੱਦੇ ਤਰਜੀਹੀ ਹੁੰਦੇ ਨੇ ਫਿਰ ਉਹ ਸਿਆਸਤ ਨੂੰ ਸ਼ੁੱਧ ਬਣਾਉਣ ਦੀ ਦਿਸ਼ਾ 'ਚ ਅੱਗੇ ਵਧਦੇ ਨੇ ਉਂਝ ਜਦੋਂ ਸਰਕਾਰ ਕਾਂਗਰਸ ਦੀ ਤੇ ਅਕਾਲੀ ਦਲ ਦੀ ਸੀ ਭਗਵੰਤ ਮਾਨ ਨੇ ਵੀ ਮੁੱਦਿਆਂ ਤੇ ਪੰਜਾਬ ਦੀ ਲੜਾਈ ਲੜੀ ਸੀ ਔਰ ਭਗਵੰਤ ਮਾਨ ਵੀ ਪੰਜਾਬ ਦੀ ਸਿਆਸਤ ਨੂੰ ਮੁੱਦਿਆਂ ਤੇ ਲਿਆਉਂਦੇ ਰਹੇ ਨੇ ਹੁਣ ਕਿਉਂਕਿ ਸੱਤਾ 'ਚ ਆ ਗਏ ਨੇ ਜਿਵੇਂ ਇੱਕ ਆਮ ਆਦਮੀ ਪਾਰਟੀ ਦੀ ਬੀਬੀ ਮੰਤਰੀ ਹੈ ਉਹਨਾਂ ਨੇ ਐਮਐਸਪੀ ਦਾ ਦਾਵਾ ਕਰਤਾ ਸੀ ਬਾਅਦ ਚ ਕਹਿੰਦੇ ਵੀ ਮੈਨੂੰ ਉਦੋਂ ਪਤਾ ਨਹੀਂ ਸੀ ਵੀ ਸਿਆਸਤ 'ਚ ਅਸੀਂ ਨਵੇਂ ਆਏ ਸੀ ਸੋ ਇਸ ਕਰਕੇ ਕਈ ਵਾਰੀ ਜਦੋਂ ਸੱਤਾ 'ਚ ਆ ਜਾਂਦੇ ਨੇ ਲੋਕ ਉਹਨਾਂ ਨੂੰ ਲੱਗਦਾ ਵੀ ਪਹਿਲਾਂ ਅਸੀਂ ਗੱਲ ਜ਼ਿਆਦਾ ਕਰਗੇ ਸਾਨੂੰ ਘੱਟ ਕਰਨੀ ਚਾਹੀਦੀ ਸੀ ਕਈ ਵਾਰੀ ਇਹ ਮਹਿਸੂਸ ਹੁੰਦਾ ਹੈ ਕਿ ਜਿਹੜਾ ਸਿਸਟਮ ਹੈ ਉਹ ਬਦਲਣਾ ਐਡਾ ਆਸਾਨ ਨਹੀਂ ਕਿਉਂਕਿ ਹਜੇ ਵੀ ਸਿਸਟਮ ਐਡਾ ਆਸਾਨ ਨਹੀਂ ਹੈ ਬਦਲਣਾ ਸਿਸਟਮ ਲਗਭਗ ਉਸੇ ਤਰ੍ਹਾਂ ਚੱਲ ਰਿਹਾ ਹੈ ਮੁੱਖ ਮੰਤਰੀ ਬਦਲੇ ਨੇ ਕੁਝ ਚੀਜ਼ਾਂ ਬਦਲੀਆਂ ਨੇ ਕਰਪਸ਼ਨ ਦੇ ਖਿਲਾਫ ਸਰਕਾਰ ਸਖਤ ਹੋਈ ਹੈ। ਕਈ ਕੰਮ ਚੰਗੇ ਵੀ ਹੁੰਦੇ ਨੇ ਜੇ ਇਹ ਨਹੀਂ ਹੁੰਦਾ ਕਿ ਕਿਸੇ ਵੀ ਨਿظام ਦੇ ਵਿੱਚ ਸਭ ਕੁਝ ਚੰਗਾ ਨਾ ਹੋਵੇ। ਚੰਗਾ ਹੋਣ ਨੂੰ ਤਾਂ ਕੁਝ ਚੀਜ਼ਾਂ ਕੈਪਟਨ ਅਮਰਿੰਦਰ ਦੇ ਰਾਜ 'ਚ ਵੀ ਚੰਗੀਆਂ ਸੀ ਪਰ ਕੈਪਟਨ ਅਮਰਿੰਦਰ ਹੁਣ ਭਾਜਪਾ ਦੇ ਸਟਾਰ ਪ੍ਰਚਾਰਕ ਨੇ ਪਾਈ। ਬਹੁਤ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਜਵਾਬ ਲੋਕਾਂ ਨੂੰ ਆ ਕੇ ਦੇਣਾ ਪੈਣਾ ਹੈ ਕਿਉਂਕਿ ਕੈਪਟਨ ਅਮਰਿੰਦਰ ਵੇਲੇ ਦੀਆਂ ਕਈ ਗਲਤੀਆਂ ਨੇ ਅੱਜ ਤੱਕ ਪੰਜਾਬ ਦਾ ਨੁਕਸਾਨ ਕੀਤਾ ਹੋਇਆ ਹੈ। ਪਰ ਮੈਂ ਗੱਲ ਮੁੱਦਿਆਂ ਦੀ ਕਰ ਰਿਹਾ ਸੀ ਇਹਦੇ ਵਿੱਚ ਹੀ ਗੱਲ ਇਹ ਵੀ ਮੈਂ ਸ਼ੁਰੂ ਕਰ ਲਾਂ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਤੇ ਭਾਰਤੀ ਜਨਤਾ ਪਾਰਟੀ ਵਾਲੇ ਬਹੁਤ ਖੁਸ਼ ਨੇ ਅਸਲ 'ਚ ਅਕਾਲੀ ਬਸਪਾ ਔਰ ਭਾਜਪਾ ਉਹ ਵੀ ਇਸੇ ਸਮੇਂ ਦਾ ਇੰਤਜ਼ਾਰ ਕਰ ਰਹੇ ਸੀ ਕਿ ਜਲੰਧਰ 'ਚ ਇਲੈਕਸ਼ਨ ਮੁੱਦਿਆਂ ਤੇ ਆਵੇ ਹਜੇ ਤੱਕ ਭਗਵੰਤ ਮਾਨ ਇੱਕ ਵੱਡੇ ਸੈਲੀਬ੍ਰਿਟੀ ਔਰ ਮੁੱਖ ਮੰਤਰੀ ਦੀ ਤੌਰ ਤੇ ਜਲੰਧਰ ਦੀ ਚੋਣ ਦੇ ਵਿੱਚ ਆਪਣਾ ਵੱਡਾ ਦਖਲ ਬਣਾ ਕੇ ਅੱਗੇ ਵਧ ਰਹੀ ਸੀ ਚੁਟਕਲੇ ਵੀ ਸੁਣਾ ਰਹੇ ਸੀ ਹਾਸੇ ਵੀ ਪਾ ਰਹੇ ਸੀ ਤਰਕ ਨਾਲ ਗੱਲਾਂ ਵੀ ਭਗਵੰਤਮਾਨ ਕਰ ਰਹੇ ਸੀ ਪਰ ਗੱਲ ਮੁੱਦਿਆਂ ਤੇ ਆ ਨਹੀਂ ਸੀ ਰਹੀ ਕਿਉਂਕਿ ਮੁੱਦੇ ਚੱਕਣ ਵਾਲਾ ਲੀਡਰ ਹੁਣ ਸਰਗਰਮ ਹੈ ਮੁੱਦੇ ਉੱਭਰ ਰਹੇ ਨੇ ਚਰਨਜੀਤ ਚੰਨੀ ਨੇ ਵੀ ਮੁੱਦਾ ਚੱਕਿਆ ਚਰਨਜੀਤ ਚੰਨੀ ਵੀ ਆਪਣੇ ਪੱਧਰ ਤੇ ਕਈ ਆਪਣੇ ਭਾਈਚਾਰੇ ਨਾਲ ਸੰਬੰਧਿਤ ਮੁੱਦੇ ਵੀ ਚੱਕ ਰਹੇ ਨੇ ਪਰ ਹੁਣ ਗੱਲ ਅਕਾਲੀ ਵਸਪਾ ਨੂੰ ਵੀ ਰਾਸ ਆਉਣ ਲੱਗੀ ਹੈ ਜਦੋਂ ਜਦੋਂ ਗੱਲ ਦੋ ਵੱਡੇ ਲੀਡਰਾਂ 'ਚ ਮੁਕਾਬਲੇ ਦੀ ਬਣੂ ਜਿਵੇਂ ਹੁਣ ਨਵਜੋਤ ਸਿੰਘ ਸਿੱਧੂ ਔਰ ਭਗਵੰਤ ਮਾਨ ਦੇ ਵਿੱਚ ਇੱਕ ਤਰੀਕੇ ਦੀ ਸ਼ਬਦੀ ਜੰਗ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਕਹਿੰਦਾ ਭਗਵੰਤ ਮਾਨ ਜਵਾਬ ਦੇਣ ਮੈਂ 8 7 8 April ਦਾ ਸਵਾਲ ਕਰ ਰਹੇ ਹਾਂ ਭਗਵੰਤ ਮਾਨ ਨੂੰ ਭਗਵੰਤ ਮਾਨ ਉਸ ਦਿਸ਼ਾ 'ਚ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਨਹੀਂ ਦੇ ਰਹੇ ਹਰਪਾਲ ਚੀਮਾ ਜਵਾਬ ਦੇ ਰਹੇ ਨੇ ਉਹ ਵੀ ਮੰਤਰੀ ਨਹੀਂ ਉਹ ਆਪਣੇ ਮਿੱਠੇ ਤਰੀਕੇ ਨਾਲ ਜਵਾਬ ਦੇ ਰਹੇ ਨੇ ਜੇ ਭਗਵੰਤ ਮਾਨ ਜਵਾਬ ਦੇਣਗੇ ਉਹ ਆਪਣੇ ਤਰੀਕੇ ਨਾਲ ਜਵਾਬ ਦੇਣਗੇ ਫਿਰ ਗੱਲ ਹੋਰ ਅੱਗੇ ਵਧੂ ਫੇਰ ਨਵਜੋਤ ਸਿੰਘ ਸਿੱਧੂ ਜਵਾਬ ਦਊ ਫੇਰ ਭਗਵੰਤ ਮਾਨ ਜਵਾਬ ਦਊ ਫੇਰ ਗੱਲ ਤਲਖੀ ਵਾਲੇ ਪਾਸੇ ਵੀ ਤੁਰ ਸਕਦੀ ਹੈ ਗੱਲ ਹਾਸਿਆਂ ਵਾਲੇ ਪਾਸੇ ਵੀ ਤੁਰ ਸਕਦੀ ਹੈ ਇਹਦੀ ਸ਼ੁਰੂਆਤ ਹੋਈ ਹੈ ਕੀ ਭਗਵੰਤ ਮਾਨ ਜਵਾਬ ਦੇਣਗੇ ਸਵਾਲ ਇਹਦੇ ਤੇ ਹੈ ਪਰ ਬਸਪਾ ਤੇ ਬੀਜੇਪੀ ਵਾਲੇ ਇਸ ਕਰਕੇ ਖੁਸ਼ ਨੇ ਕਿ ਗੱਲ ਮੁੱਦਿਆਂ ਦੀ ਹੋਣ ਲੱਗੀ ਜਦੋਂ ਜਦੋਂ ਗੱਲ ਮੁੱਦਿਆਂ ਦੀ ਹੁੰਦੀ ਹੈ ਤੇ ਫੇਰ ਜਲੰਧਰ ਦੇ ਵਿੱਚ ਵੋਟਾਂ ਵੰਡੀਆਂ ਜਾਂਦੀਆਂ ਨੇ ਹੁਣ ਅਗਰ ਕਾਂਗਰਸ ਹੋ ਰਾਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਖਤ ਮੁਕਾਬਲਾ ਹੁੰਦਾ ਹੈ ਤੇ ਫਿਰ ਕੀ ਕੀ ਹੋ ਸਕਦਾ ਹਰਜੋਜੀ ਮੈਂ ਕੁਝ ਕੁਝ ਆંકੜੇ ਮੈਂ ਸਾਂਝੇ ਕਰਦਾ ਪਿਛਲੀਆਂ ਦੋ ਚੋਣਾ ਲੈ ਲਈਏ 2014 ਤੇ 2019 ਕਾਂਗਰਸ ਨੂੰ ਵੋਟਾਂ ਪਈਆਂ ਨੇ 3.5 ਲੱਖ ਤੋਂ ਉੱਤੇ ਅਕਾਲੀ ਦਲ ਨੂੰ ਵੀ ਵੋਟਾਂ ਪਈਆਂ ਨੇ ਕਰੀਬ 3.5 ਲੱਖ ਜਾਂ 3.5 ਲੱਖ ਤੋਂ ਉੱਤੇ ਪਹਿਲੀ ਵਾਰੀ ਜਦੋਂ ਪਵਨ ਕੁਮਾਰ ਟੀਨੂ ਚੋਣ ਲੜੇ ਸੀ ਤੇ ਸੰਤੋਖ ਚੌਧਰੀ ਪਹਿਲੀ ਵਾਰੀ ਜਦੋਂ ਜਿੱਤੇ ਉਦੋਂ 50-60 ਹਜ਼ਾਰ ਤੋਂ ਵੱਧ ਦੇ ਫਰਕ ਨਾਲ ਜਿੱਤੇ ਪਰ ਜਦੋਂ 19 ਚ ਜਿੱਤੇ ਅਤੇ 19000 ਦੇ ਫਰਕ ਨਾਲ ਜਿੱਤੇ ਇਹਦਾ ਮਤਲਬ ਹੈ ਕਿ ਅਕਾਲੀ ਦਲ ਕਾਂਗਰਸ ਔਰ ਭਾਜਪਾ ਇਹਨਾਂ ਤਿੰਨਾਂ ਪਾਰਟੀਆਂ ਚ ਜਦੋਂ ਆਪਸ ਚ ਮੁਕਾਬਲਾ ਸੀ ਅਕਾਲੀ ਭਾਜਪਾ ਔਰ ਕਾਂਗਰਸ ਤੇ ਦੋਵੇਂ ਪਾਰਟੀਆਂ 3.5 ਲੱਖ ਤੋਂ ਉੱਪਰ ਵੋਟ ਲੈਂਦੀਆਂ ਰਹੀਆਂ ਨੇ ਤੇ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਸੀ 2014 ਚ ਉਦੋਂ ਵੀ ਇਹਨਾਂ ਪਾਰਟੀਆਂ ਦੀ ਵੋਟ ਇੰਨੀ ਸੀ ਭਸਪਾ ਦੀ ਵੋਟ ਕੱਟ ਕੇ ਆਮ ਆਦਮੀ ਪਾਰਟੀ ਨਾਲ ਜੁੜ ਗਈ ਅਸੀਂ ਇਹ ਮੰਨ ਸਕਦੇ ਹਾਂ ਹਾਲਾਂਕਿ ਪੂਰੀ ਵੋਟ ਕਿਸੇ ਨਾਲ ਜੁੜਦੀ ਨਹੀਂ ਵੋਟ ਅਕਾਲੀ ਕਾਂਗਰਸੀ ਦੂਜਿਆਂ ਦੀਆਂ ਵੀ ਪਈਆਂ ਹੋਣਗੀਆਂ ਆਮ ਆਦਮੀ ਪਾਰਟੀ ਨੂੰ ਪਰ ਉਦੋਂ ਭਸਪਾ ਨੂੰ ਪਈ ਸੀ ਸਿਰਫ 30000 ਤੋਂ ਘੱਟ ਤੇ ਆਮ ਆਦਮੀ ਪਾਰਟੀ 254 ਉੰਨੇ ਚ ਕ ਮੁੜਿਆ ਆ 19 ਦੇ ਵਿੱਚ ਭੋਜਨ ਸਮਾਜ ਪਾਰਟੀ ਨੂੰ 207000 ਤੋਂ ਉੱਪਰ ਵੋਟ ਆ ਗਈ ਤੇ ਆਮ ਆਦਮੀ ਪਾਰਟੀ ਨੂੰ 30000 ਤੋਂ ਘਟ ਗਈ ਹੁਣ ਅਗਰ ਭਗਵੰਤ ਮਾਨ ਔਰ ਨਵਜੋਤ ਸਿੰਘ ਸਿੱਧੂ ਪ੍ਰਤਾਪ ਬਾਜਵਾ ਮਤਲਬ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਚ ਫਸਵੀਂ ਟੱਕਰ ਹੁੰਦੀ ਹੈ ਤੇ ਕਾਂਗਰਸ ਜਿਹੜੀ 384000 ਤੇ ਬੈਠੀ ਸੀ ਉਹ ਘਟ ਸਕਦੀ ਹੈ ਉਹਦੀ ਵੋਟ ਕਿਉਂਕਿ ਕਾਂਗਰਸ ਦਾ ਇੱਕ ਵੱਡਾ ਲੀਡਰ ਵੀ ਭਗਵੰਤ ਮਾਨ ਤੋੜ ਕੇ ਲੈ ਗਏ ਜਾਂ ਉਹ ਆਪ ਚਲੇ ਗਏ ਸੁਸ਼ੀਲ ਕੁਮਾਰ ਰਿੰਕੂ ਅਗਰ ਨਹੀਂ ਤੋੜਿਆ ਤਾਂ ਇਹਦਾ ਮਤਲਬ ਹੈ ਕਿ ਵੋਟ ਸ਼ੇਅਰ ਕਾਂਗਰਸ ਦਾ ਘਟ ਸਕਦਾ ਹੈ ਆਮ ਆਦਮੀ ਪਾਰਟੀ 30000 ਤੋਂ ਵੱਧੂਗੀ ਤੇ 254000 ਤੋਂ ਵੱਧੂਗੀ ਅਗਰ ਵੱਧਦੀ ਹੈ ਤਾਂ ਇਹਦਾ ਮਤਲਬ ਹੈ ਕਿ ਵੋਟਾਂ ਦੀ ਵੰਡ ਕਾਂਗਰਸ ਦੀਆਂ ਵੋਟਾਂ ਦੀ ਵੰਡ ਹੋਏਗੀ ਆਮ ਆਦਮੀ ਪਾਰਟੀ ਕਾਂਗਰਸ ਦੀ ਵੋਟ ਵੀ ਹਾਸਲ ਕਰੇਗੀ ਆਮ ਆਦਮੀ ਪਾਰਟੀ ਭਾਜਪਾ ਅਕਾਲੀ ਜਾਂ ਹੋਰ ਆਮ ਵੋਟਰਾਂ ਦੀ ਵੋਟ ਵੀ ਹਾਸਲ ਕਰੇਗੀ ਜੇ ਪਹਿਲਾਂ ਕਿਸੇ ਨੂੰ ਵੱਧ ਪਈ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਕਾਡਰ ਦੀ ਵੋਟ ਹੈ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਸਮਰਥਨ ਦੀ ਵੋਟ ਹੈ ਹਾਲਾਂਕਿ ਅਜਿਹਾ ਹੁੰਦਾ ਨਹੀਂ ਪਰ ਫਿਰ ਵੀ ਅਸੀਂ ਕਹਿ ਲੈਣੇ ਹੁਣ ਗੱਲ ਇੱਥੇ ਪਹੁੰਚਦੀ ਹੈ ਕਿ ਅਗਰ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਮੁਕਾਬਲਾ ਸਖਤ ਹੁੰਦਾ ਹੈ बसपा ਦਾ ਉਮੀਦਵਾਰ ਸੁਖਮਿੰਦਰ ਕੁਮਾਰ ਸੁਖੀ ਮੌਜੂਦਾ ਵਿਧਾਇਕ ਨੇ ਅਗਰ ਉਹ बसपा ਔਰ ਅਕਾਲੀ ਦਲ ਦੀ ਵੋਟ ਹਾਸਲ ਕਰਨ ਚ ਕਾਮਯਾਬ ਰਹਿੰਦੇ ਨੇ ਤੇ ਬੀਜੇਪੀ ਜਿਹਦੇ ਬਾਰੇ ਮੰਨਿਆ ਜਾਂਦਾ ਕਿ ਸ਼ਹਿਰਾਂ ਚ ਉਹਦੇ ਕੋਲੇ ਵੋਟ ਬੈਂਕ ਹੈ ਕਿ ਕਾਂਗਰਸ ਰੀਟੇਨ ਕਰੇਗੀ ਸ਼ਹਿਰਾਂ ਚ ਵੋਟ ਬੈਂਕ ਕਿ ਆਮ ਆਦਮੀ ਪਾਰਟੀ ਸ਼ਹਿਰ ਚ ਵੋਟ ਬੈਂਕ ਰੀਟੇਨ ਕਰੇਗੀ ਇਹ ਸਵਾਲ ਬਹੁਤ ਵੱਡੇ ਨੇ ਤੇ ਅਗਰ ਫਸਮੀ ਟੱਕਰ ਚਾਰ ਕੋਣੀ ਹੁੰਦੀ ਹੈ ਤੇ ਫਿਰ ਗੱਲ ਉਹੀ ਆ ਗਈ ਅਗਰ ਪੰਜ ਕੋਣੀ ਵੀ ਹੁੰਦੀ ਹੈ ਕਿ ਕੋਈ ਵੀ ਜਿੱਤ ਸਕਦਾ ਹੈ ਮਤਲਬ ਕਿ ਭਗਵੰਤ ਮਾਨ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਜਦੋਂ ਲੜਾਈ ਹੋਰ ਸਖਤ ਹੋਏਗੀ ਤੇ ਜਲੰਧਰ ਦੀ ਜ਼ਿਮਨੀ ਚੋਣ ਦਾ ਮੁਕਾਬਲਾ ਹੋਰ ਕੰਡੇਦਾਰ ਹੁੰਦਾ ਜਾਏਗਾ ਮੁਕਾਬਲਾ ਹੋਰ ਸਖਤ ਹੁੰਦਾ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਦਾ ਨਤੀਜਾ ਮਹਿਸ 1200 3000 4000 ਵੋਟਾਂ ਤੇ ਨਿਕਲੇ ਇਹਦਾ ਮਤਲਬ ਹੈ ਕਿ ਅਸੀਂ ਇਹ ਕਹਿ ਨਹੀਂ ਸਕਦੇ ਕਿ ਹਵਾ ਕੀ ਦੀ ਹੈ ਇਹਦਾ ਮਤਲਬ ਹੈ ਹਵਾ ਵੋਟਰਾਂ ਦੀ ਹੈ ਵੋਟਰ ਕਿਸੇ ਦਾ ਨਹੀਂ ਨਾ ਅਕਾਲੀ ਦਲ ਦਾ ਨਾ ਆਪ ਦਾ ਨਾ ਭਾਜਪਾ ਦਾ ਨਾ ਕਾਂਗਰਸ ਦਾ ਵੋਟਰ ਦੇਸ਼ ਦਾ ਹੈ ਵੋਟਰ ਨੇ ਸਰਕਾਰ ਚੁਣਨੀ ਹੈ ਮੈਂ ਪੁਰਾਣੀ ਗੱਲ ਨੂੰ ਥੋੜਾ ਜਿਹਾ ਸੋਝਦਿਆਂ ਕਿ ਕੋਈ ਵੀ ਵੋਟਰ ਕਿਸੇ ਦਾ ਪੱਕਾ ਵੋਟਰ ਨਹੀਂ ਹੈ ਵੋਟਰ ਟਰੈਂਡ ਬਦਲਦਾ ਹੈ ਵੋਟਰ ਪੋਲੀਟੀਕਲ ਪਾਰਟੀਆਂ ਨੂੰ ਬਦਲਦਾ ਹੈ ਵੋਟਰ ਨਕਸ਼ਾ ਬਦਲ ਦਿੰਦਾ ਹੈ ਹੁਣ 4-5 ਕੋਣੀ ਅਗਰ ਚੌਣ ਜਲੰਧਰ ਚ ਹੋ ਗਈ ਤੇ ਜਲੰਧਰ ਦਾ ਪੋਲੀਟਿਕਲ ਨਕਸ਼ਾ ਬਦਲ ਸਕਦਾ ਹੈ ਕੁਝ ਨਹੀਂ ਪਤਾ ਕਿਹਨੇ ਜਿੱਤ ਜਾਣਾ ਮੈਨੂੰ ਫੇਰ ਸੰਗਰੂਰ ਸਵੇਰੇ ਉੱਠ ਕੇ ਚੇਤਿਆਂ ਲੱਗ ਜਾਂਦਾ ਹਰਜੋਤ ਜੀ ਜਦੋਂ ਇਹ ਪ੍ਰੋਗਰਾਮ ਕਰਨਾ ਹੁੰਦਾ ਕਿਉਂਕਿ ਸੰਗਰੂਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮਾਹੌਲ ਸੀ ਹਰ ਦਿਮਾਗ ਦੇ ਵਿੱਚ ਇੱਕ ਕਸ਼ਮਕਸ਼ ਸੀ ਸਵੇਰੇ ਕੋਈ ਹੋਰ ਜਿੱਤਦਾ ਲੱਗਦਾ ਸੀ ਦੁਪਹਿਰ ਨੂੰ ਕੋਈ ਹੋਰ ਤੇ ਆਥਣ ਦੀ ਚਾਹ ਵੇਲੇ ਨੂੰ ਕੋਈ ਹੋਰ ਹੀ ਜਿੱਤਦਾ ਲੱਗਦਾ ਸੀ ਤੇ ਸੌਣ ਲੱਗੇ ਕੋਈ ਨਵੀਂ ਪਾਰਟੀ ਮੁਕਾਬਲੇ 'ਚ ਅੱਗੇ ਨਜ਼ਰ ਆਉਂਦੀ ਸੀ ਤੇ ਇਸੇ ਤਰ੍ਹਾਂ ਦਿਨ 17 ਰਹਿ ਗਏ 10 ਮਾਰਚ ਨੂੰ 10 ਮਈ ਨੂੰ ਸੋ 17 ਦਿਨਾਂ 'ਚ ਚੋਣ ਸਮਿਕਰਨ ਕਿਵੇਂ ਬਦਲਣਗੇ ਇਹ ਰੋਜ਼ ਅਸੀਂ ਡਿਸਕਸ ਕਰਦੇ ਰਹਿਣਾ ਤੇ ਸਾਡੇ ਸ਼ਹੀਦ ਸਿੱਖ ਫੌਜੀਆ ਦੀ ਗੱਲ ਕਰ ਲਈਏ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿੱਖ ਸ਼ਬਦ ਇਸ ਲਈ ਵਰਤ ਰਿਆਂ ਤਾਂ ਕਿ ਕੌਮੀ ਮੀਡੀਆ ਦਾ ਇੱਕ ਹਿੱਸਾ ਇਹ ਸਮਝੇ ਕਿ ਸਿੱਖ ਭਾਈਚਾਰੇ ਦੀ ਦੇਸ਼ ਦੀ ਆਜ਼ਾਦੀ 'ਚ ਦੇਸ਼ ਦੇ ਲਈ ਦੇਸ਼ ਦੀ ਰਾਖੀ ਲਈ ਔਰ ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੀ ਰਾਖੀ ਦੇ ਵਿੱਚ ਕੁਰਬਾਨੀਆਂ ਦੇ ਤੌਰ ਤੇ ਕਿੱਡੀ ਵੱਡੀ ਕੰਟਰੀਬਿਊਸ਼ਨ ਹੈ ਕਿੱਡਾ ਵੱਡਾ ਯੋਗਦਾਨ ਹੈ ਸੋ ਇਸ ਕਰਕੇ ਮੈਂ ਸਿੱਖ ਫੌਜੀ ਸ਼ਬਦ ਵਰਤਿਆ ਉਹ ਜਿਹ ਫੌਜੀ ਸਾਡੇ ਜਿਹੜੇ ਨੇ ਉਹ ਸਾਰੇ ਬੜੇ ਸਤਿਕਾਰਯੋਗ ਨੇ ਸੋ ਚਾਰ ਨੌਜਵਾਨ ਫੌਜੀ ਮੋਗਾ ਦਾ ਸਾਨੂੰ ਪਤਾ ਹੈ ਕੁਲਵੰਤ ਸਿੰਘ ਨੌਜਵਾਨ ਕੁਲਵੰਤ ਸਿੰਘ ਇਹ ਮੋਗਾ ਨਾਲ ਸੰਬੰਧਤ ਹੈ ਸਾਨੂੰ ਪਤਾ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਜਿਹੜਾ دہشت گردੀ ਹਮਲਾ ਹੋਇਆ ਹੈ ਉਹਦੇ ਵਿੱਚ ਸਾਡੇ ਪੰਜ ਜਵਾਨਾਂ ਚੋਂ ਚਾਰ ਜਿਹੜੇ ਨੇ ਉਹ ਪੰਜਾਬ ਦੇ ਨੇ ਔਰ ਕੁਲਵੰਤ ਸਿੰਘ ਦੇ ਪਿਤਾ ਉਹ ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਸੀ ਸੋ ਇਹ ਕਿੱਡੀ ਵੱਡੀ ਇਸ ਪਰਿਵਾਰ 'ਚ ਕੁਰਬਾਨੀ ਹੈ ਔਰ ਮਨਦੀਪ ਸਿੰਘ ਇਹ ਪੰਜਾਬ ਦੇ ਦਰਾਹਾ ਪਾਇਲ ਨਾਲ ਸੰਬੰਧਤ ਹੈ ਲੁਧਿਆਣਾ ਦੇ ਸੋ ਮਨਦੀਪ ਸਿੰਘ ਇੱਕ ਦਿਨ ਪਹਿਲਾਂ ਹੀ ਇਹਦੀ ਪਰਿਵਾਰ ਨਾਲ ਵੀ ਗੱਲ ਹੋਈ ਸੀ ਪਰ ਦੁਨੀਆ ਤੋਂ ਚਲਾ ਗਿਆ ਕਲ ਅੰਤਿਮ ਸੰਸਕਾਰ ਹੋਏ ਤੇ ਬਹੁਤ ਵੱਡੀ ਗਿਣਤੀ ਚ ਪ੍ਰਸ਼ਾਸਨਿਕ ਅਫਸਰ ਡੀਸੀ ਐਸਐਸਪੀ ਕਮਿਸ਼ਨਰ ਮੌਜੂਦਾ ਵਿਧਾਇਕ ਹੋਰ ਸਮਾਜਿਕ ਲੋਕ ਰਿਸ਼ਤੇਦਾਰ ਪਿੰਡ ਦੇ ਲੋਕ ਸਰਪੰਚ ਪੰਚਾਇਤਾਂ ਸਾਰੇ ਪਹੁੰਚੇ ਤੇ ਦੁੱਖ ਦੀ ਘੜੀ ਚ ਸ਼ਾਮਲ ਹੋਏ ਤੇ ਬਟਾਲਾ ਦਾ ਬਟਾਲਾ ਜ਼ਿਲ੍ਹੇ ਦਾ ਨੌਜਵਾਨ ਹਰਿਕ੍ਰਿਸ਼ਨ ਸਿੰਘ 2017 ਚੀ ਭਰਤੀ ਹੋਇਆ ਸੀ ਤੇ ਗੁਰਸੇਵਕ ਸਿੰਘ ਜਿਹੜਾ ਕਿ ਰਾਮਾ ਮੰਡੀ ਨਾਲ ਸੰਬੰਧਿਤ ਹੈ ਇੱਕ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਆਪਣੇ ਯੂਨਿਟ ਚ ਵਾਪਸ ਗਿਆ ਸੀ ਸੋ ਜਿਹੜੀ ਯੂਨਿਟ ਹੈ ਉਹ ਇਹ ਯੂਨਿਟ ਵੀ ਮੈਂ ਦੱਸਦਾ ਕੌਮੀ ਰਾਈਫਲਸ ਯੂਨਿਟ ਹੈ ਇਹਦੇ ਪੰਜ ਜਵਾਨ ਸ਼ਹੀਦ ਹੋਏ ਨੇ ਜਿਨ੍ਹਾਂ ਚੋਂ ਚਾਰ ਪੰਜਾਬ ਦੇ ਨੇ ਔਰ ਜਦੋਂ ਸਾਡੀਆਂ ਫੌਜਾਂ ਦੇ ਸਾਨੂੰ ਪਤਾ ਹੈ ਸਭ ਤੋਂ ਵੱਡੇ ਅਫਸਰ ਵਿਪਨ ਰਾਬਤ ਜਦੋਂ ਜਹਾਜ਼ ਦਾ ਹਾਦਸਾ ਹੋਇਆ ਸੀ ਤੇ ਸਾਡੇ ਏਡੇ ਫੌਜੀ ਸ਼ਹੀਦ ਹੋਏ ਸੀ ਉਹਦੇ ਵਿੱਚ ਵੀ ਸਾਡੇ ਸਿੱਖ ਫੌਜੀ ਸੀ ਸੋ ਇਸ ਕਰਕੇ ਮੈਂ ਅਕਸਰ ਕਈ ਵਾਰੀ ਗੱਲ ਕਰਦਾ ਹੁੰਨਾ ਹਰਜੋਤ ਜੀ ਕੇ ਮੁਲਕ ਚ ਜਦੋਂ ਵੀ ਫੌਜੀ ਸ਼ਹੀਦ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ ਪੰਜਾਬੀ ਜਾਂ ਸਿੱਖ ਭਾਈਚਾਰੇ ਨਾਲ ਸੰਬੰਧਤ ਸਾਡੇ ਫੌਜੀ ਜ਼ਰੂਰ ਹੁੰਦੇ ਨੇ ਇਹ ਉਹਨਾਂ ਲੋਕਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਗੱਲ ਸਮਝਣੀ ਚਾਹੀਦੀ ਹੈ ਜਿਹੜੇ ਕਿਸੇ ਵੀ ਲੋਕਾਂ ਦੀ ਗਲਤ ਸੋਚ ਤੋਂ ਬਾਅਦ ਸਾਰੀ ਕਮਿਊਨਿਟੀ ਨੂੰ ਜਾਂ ਸਾਰੇ ਭਾਈਚਾਰੇ ਨੂੰ ਜਾਂ ਸਿੱਖ ਭਾਈਚਾਰੇ ਨੂੰ ਇੱਕ ਵੱਖਰੀ ਐਨਕ ਦੇ ਨਾਲ ਦੇਖਦੇ ਨੇ ਤੇ ਪ੍ਰਚਾਰਦੇ ਨੇ ਤੇ ਜਿਵੇਂ ਸਾਡੇ ਕਿਸਾਨ ਅੰਦੋਲਨ ਚ ਵੀ ਕਿਸਾਨਾਂ ਬਾਰੇ ਕੁਝ ਮਾੜੇ ਸ਼ਬਦ ਵਰਤੇ ਗਏ ਸੀ ਇਹ ਸਾਰੇ ਫੌਜੀ ਜਵਾਨ ਉਹਨਾਂ ਕਿਸਾਨਾਂ ਦੇ ਹੀ ਪੁੱਤ ਸੀ ਜਿਹੜੇ ਖੇਤੀ ਕਰਦੇ ਨੇ ਸੋ ਆ ਧਾਰਨਾ ਜਿਹੜੀ ਕੌਮੀ মিডিਆ ਦੇ ਇੱਕ ਹਿੱਸੇ ਨੂੰ ਹੈ ਉਹ ਬਦਲਣੀ ਚਾਹੀਦੀ ਹੈ ਕੁਝ ਲੋਕ ਅਗਰ ਵੱਖਰੀ ਸੋਚ ਰੱਖਦੇ ਨੇ ਤੇ ਜ਼ਰੂਰੀ ਨਹੀਂ ਹੈ ਕਿ ਪੂਰੀ ਕਮਿਊਨਿਟੀ ਉਸ ਸੋਚ ਨਾਲ ਸਹਿਮਤ ਹੋਵੇ ਸੋ ਇਸ ਕਰਕੇ ਆ ਪਿਛਲੇ ਦਿਨਾਂ ਦੇ ਵਿੱਚ ਕਈ ਇਸ ਤਰੀਕੇ ਦੀਆਂ ਖਬਰਾਂ ਚੱਲਦੀਆਂ ਨੇ ਕੌਮੀ মিডিਆ ਦੇ ਇੱਕ ਹਿੱਸੇ 'ਚ ਸਾਰੇ মিডিਆ ਤੇ ਸਵਾਲ ਨਹੀਂ ਹੈ ਮੀਡੀਆ ਬੜਾ ਸਤਕਾਰਯੋਗ ਸਾਡੇ ਮੁਲਕ 'ਚ ਆਪਣੀ ਭੂਮਿਕਾ ਅਦਾ ਕਰਦਾ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਐਨਾਲਿਸਿਸ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸ ਦਿਨ ਆਲੀ ਮੈਨੂੰ ਯਾਨੀ ਕਿ ਹਰਜੋਤ ਕੌਰ ਨਵੀ ਦਿਓ ਜੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ